ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਜ਼ਰ ਹਾਂ ਜੀ ਇੱਕ ਨਵੀਂ ਨੋਟੀਫਿਕੇਸ਼ਨ ਲੈ ਕੇ। ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਜੋ ਪੰਜਾਬ ਸਰਕਾਰ ਦੀਆਂ ਨਵੀਆਂ ਨੌਕਰੀਆਂ ਭਰਤੀਆਂ ਦੀ, ਜੋ ਨੋਟੀਫਿਕੇਸ਼ਨ ਇਸ ਮਹੀਨੇ ਵਿੱਚ ਚੱਲ ਰਹੀ ਹੈ ਜਾਂ ਜਿਹੜੀਆਂ ਪੋਸਟਾਂ ਹੁਣ ਔਨਲਾਈਨ ਫਿਲ ਹੋ ਰਹੀਆਂ ਨੇ, ਪੂਰੀ ਡਿਟੇਲ ਵਿੱਚ ਗੱਲ ਕਰਾਂਗੇ ਜੀ ਕਿਹੜੀਆਂ ਕਿਹੜੀਆਂ ਨੌਕਰੀਆਂ ਜਾਂ ਭਰਤੀਆਂ ਦੀ ਹੁਣ ਨੋਟੀਫਿਕੇਸ਼ਨ ਆਈ ਹੋਈ ਹੈ ਜੀ। ਪੂਰੀ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਬੈਲ ਆਈਕਨ ਨੂੰ ਕਲਿੱਕ ਜ਼ਰੂਰ ਕਰੋ ਤਾਂ ਜੋ ਸਾਡੀ ਹਰ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਉਸ ਤੋਂ ਇਲਾਵਾ ਸਾਡਾ ਓਫੀਸ਼ੀਅਲੀ ਵੈਬਸਾਈਟ www.punjabjobfind.com 'ਤੇ ਵਿਜ਼ਿਟ ਜ਼ਰੂਰ ਕਰੋ, ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਜੀ। ਪੂਰੀ ਡਿਟੇਲ ਵਿੱਚ ਗੱਲ ਕਰਦੇ ਹਾਂ ਜੀ ਇਹਨਾਂ ਪੋਸਟਾਂ ਬਾਰੇ। ਸਭ ਤੋਂ ਪਹਿਲਾਂ ਜੋ ਨੋਟੀਫਿਕੇਸ਼ਨ ਹੁਣ ਯੂਟਿਊਬ 'ਤੇ ਜਾਂ ਹੋਰ ਆ ਰਹੀਆਂ ਨੇ ਉਹ ਪੰਜਾਬ ਪਟਵਾਰੀ ਦੀਆਂ ਹੈ ਜੀ। 1090 ਪੋਸਟਾਂ 'ਤੇ ਇਹ ਭਰਤੀ ਆਉਣੀ ਹੈ ਜੀ, ਪਰ ਹਜੇ ਅਵੇਲੇਬਲ ਸੂਨ ਹੈ ਜੀ, ਓਫੀਸ਼ੀਅਲੀ ਨੋਟੀਫਿਕੇਸ਼ਨ ਹਜੇ ਨਹੀਂ ਆਈ। ਜਿਵੇਂ ਹੀ ਓਫੀਸ਼ੀਅਲੀ ਨੋਟੀਫਿਕੇਸ਼ਨ ਆਉਂਦੀ ਹੈ ਉਸਦਾ ਜਾਣਕਾਰੀ ਤੁਹਾਨੂੰ ਦੇ ਦਿੱਤੀ ਜਾਵੇਗੀ। ਉਸ ਤੋਂ ਇਲਾਵਾ ਜੋ ਵੀ ਹੁਣ ਦੀ ਮੌਜੂਦਾ ਜੋ ਨੋਟੀਫਿਕੇਸ਼ਨ ਹੈ ਇਸਦੀ ਆਈ ਹੋਈ ਹੈ ਉਸਦਾ ਲਿੰਕ ਅਵੇਲੇਬਲ ਹੈ, ਵੈਬਸਾਈਟ 'ਤੇ ਵਿਜ਼ਿਟ ਕਰਕੇ ਤੁਸੀਂ ਦੇਖ ਸਕਦੇ ਹੋ। ਉਸ ਤੋਂ ਇਲਾਵਾ ਵੀਡੀਓ ਲਿੰਕ ਵੀ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ ਇਸ 'ਤੇ ਲਿੰਕ ਕਲਿੱਕ ਕਰਕੇ। ਅੱਗੇ ਹੈ ਜੀ ਅੰਬਾਲਾ ਕੈਂਟੋਨਮੈਂਟ ਬੋਰਡ ਸਫਾਈ ਵਾਲਾ ਪੋਸਟਾਂ ਨੇ ਜੀ, ਟੋਟਲ 74 ਪੋਸਟਾਂ ਨੇ। ਸਟਾਰਟਿੰਗ ਡੇਟ 1/4/2020 ਹੈ ਇਹਨਾਂ ਫਾਰਮਾਂ ਦੀ, ਲਾਸਟ ਡੇਟ ਹੈ ਜੀ 23/4/2020। ਪੂਰੀ ਡਿਟੇਲ ਦੇਖਣ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ, ਪੂਰੀ ਡਿਟੇਲ ਵਿੱਚ ਦੱਸਿਆ ਗਿਆ ਜੀ। ਉਸ ਤੋਂ ਇਲਾਵਾ ਵੀਡੀਓ ਲਿੰਕ ਵੀ ਅਵੇਲੇਬਲ ਹੈ, ਤੁਸੀਂ ਵੀਡੀਓ ਰਾਹੀਂ ਵੀ ਪੂਰੀ ਇਨਫੋਰਮੇਸ਼ਨ ਦੇਖ ਸਕਦੇ ਹੋ। ਅਗਲੀ ਪੋਸਟ ਹੈ ਜੀ KVS CRPF ਸਰਾਈ ਖਾਸ ਜਲੰਧਰ, ਰਿਕੁਆਇਰਮੈਂਟ ਹੈ ਜੀ ਟੀਚਰਾਂ ਦੀ, ਵੇਰੀਅਸ ਪੋਸਟਾਂ ਨੇ, ਲਾਸਟ ਤਰੀਕ ਹੈ ਜੀ 23/3/2020। ਪੂਰੀ ਡਿਟੇਲ ਵਿਜ਼ਿਟ ਕਰਕੇ ਕਲਿੱਕ 'ਤੇ ਲਿੱਕ ਕਰਕੇ ਦੇਖ ਸਕਦੇ ਹੋ। ਉਸ ਤੋਂ ਇਲਾਵਾ ਵੀਡੀਓ ਲਿੰਕ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ। ਅੱਗੇ ਹੈ ਜੀ ਸਖੀ ਵਨ ਸਟੋਪ ਸੈਂਟਰ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ, ਇਸ ਵਿੱਚ ਜੋ ਪੋਸਟਾਂ ਨੇ ਪਾਰਾਲੀਗਲ ਪਰਸਨਲ ਲਾਇਰ IT ਵਰਕਰ ਕੇਸ ਵਰਕਰ ਕਾਊਂਸਲਰ ਮਲਟੀਪਰਪਸ ਹੈਲਪਰ ਦੀਆਂ ਪੋਸਟਾਂ ਨੇ। ਪੋਸਟਾਂ ਦੀ ਦੇਖਣ ਲਈ ਤੁਸੀਂ ਪੂਰੀ ਨੋਟੀਫਿਕੇਸ਼ਨ ਰੀਡ ਕਰ ਸਕਦੇ ਹੋ, ਲਾਸਟ ਡੇਟ ਹੈ ਜੀ 31/3/2020 ਇਹਨਾਂ ਪੋਸਟਾਂ ਦੀ। ਵੀਡੀਓ ਲਿੰਕ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ। ਅੱਗੇ ਹੈ ਜੀ ਪੰਜਾਬ ETT ਟੀਚਰਾਂ ਦੀਆਂ ਪੋਸਟਾਂ ਨੇ, ਪੂਰਾ ਸਿਲੇਬਸ ਅਤੇ ਪੂਰੀ ਡਿਟੇਲ ਅਵੇਲੇਬਲ ਹੈ, ਲਿੰਕ 'ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ। ਟੋਟਲ ਪੋਸਟਾਂ ਦੀ ਗਿਣਤੀ ਹੈ ਜੀ 1664, ਲਾਸਟ ਤਰੀਕ ਹੈ ਇਹਨਾਂ ਪੋਸਟਾਂ ਦੀ 25/3/2020। ਵੀਡੀਓ ਲਿੰਕ ਵੀ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ। ਅਗਲੀ ਪੋਸਟ ਬਾਰੇ ਆਪਾਂ ਗੱਲ ਕਰਦੇ ਹਾਂ ਤਾਂ ਆਰਮੀ ਪਬਲਿਕ ਸਕੂਲ ਪਟਿਆਲਾ ਦੀਆਂ ਪੋਸਟਾਂ ਨੇ ਜੀ, ਰਿਕੁਆਇਰਮੈਂਟ ਹੈ ਜੀ ਟੀਚਰਾਂ ਦੀ, ਟੀਚਰ ਜੋਬਸ ਨੇ, ਵੇਰੀਅਸ ਪੋਸਟਾਂ ਨੇ। ਲਾਸਟ ਡੇਟ ਦੇਖਣ ਲਈ ਤੁਸੀਂ ਰੀਡ ਨੋਟੀਫਿਕੇਸ਼ਨ ਕਰ ਸਕਦੇ ਹੋ। ਵੀਡੀਓ ਲਿੰਕ ਵੀ ਅਵੇਲੇਬਲ ਹੈ, ਤੁਸੀਂ ਵਿਜ਼ਿਟ ਕਰਕੇ ਪੂਰਾ ਵੀਡੀਓ ਦੇਖ ਸਕਦੇ ਹੋ। ਉਸ ਤੋਂ ਇਲਾਵਾ ਕੇਂਦਰੀ ਵਿਦਿਆਲਿਆ ਨਾਭਾ ਕੈਂਟ ਦੀਆਂ ਪੋਸਟਾਂ ਨੇ ਜੀ, ਇਹ ਵੀ ਟੀਚਰਾਂ ਦੀਆਂ ਪੋਸਟਾਂ ਨੇ, ਵੇਰੀਅਸ ਪੋਸਟਾਂ ਨੇ। ਲਾਸਟ ਤਰੀਕ ਲਈ ਤੁਸੀਂ ਰੀਡ ਨੋਟੀਫਿਕੇਸ਼ਨ ਕਰ ਸਕਦੇ ਹੋ ਇਸ ਲਿੰਕ 'ਤੇ ਕਲਿੱਕ ਕਰਕੇ। ਉਸ ਤੋਂ ਇਲਾਵਾ ਵੀਡੀਓ ਲਿੰਕ ਵੀ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ। ਅੱਗੇ ਹੈ ਜੀ ਪੰਜਾਬ ਯੂਨੀਵਰਸਿਟੀ ਦੀਆਂ ਪੋਸਟਾਂ ਨੇ ਜੀ, ਫੈਕਲਟੀ ਰਿਕੁਆਇਰਮੈਂਟ ਹੈ। ਪੂਰੀ ਪੋਸਟਾਂ ਬਾਰੇ ਜਾਣਕਾਰੀ ਲਈ ਤੁਹਾਨੂੰ ਪੂਰੀ ਨੋਟੀਫਿਕੇਸ਼ਨ ਰੀਡ ਕਰਨੀ ਪਵੇਗੀ ਕਿਉਂਕਿ ਵੇਰੀਅਸ ਪੋਸਟਾਂ ਨੇ, ਉਸ ਹਿਸਾਬ ਨਾਲ ਪੂਰੀ ਡਿਟੇਲ ਇੱਥੇ ਨਹੀਂ ਫਿਲ ਕਰ ਸਕਦੇ ਸੀ। ਲਾਸਟ ਡੇਟ ਹੈ ਜੀ 25/3/2020 ਤੱਕ ਤੁਸੀਂ ਪੋਸਟਾਂ ਫਿਲ ਕਰ ਸਕਦੇ ਹੋ। ਵੀਡੀਓ ਲਿੰਕ ਅਵੇਲੇਬਲ, ਤੁਸੀਂ ਦੇਖ ਸਕਦੇ ਹੋ। ਅੱਗੇ ਹੈ ਜੀ PPSC ਵਿੱਚ ਪੋਸਟਾਂ ਨੇ ਜੀ, ਫੰਕਸ਼ਨਲ ਮੈਨੇਜਰ ਦੀਆਂ ਪੋਸਟਾਂ ਦੀ ਪੂਰੀ ਡਿਟੇਲ ਲਈ ਤੁਸੀਂ ਰੀਡ ਨੋਟੀਫਿਕੇਸ਼ਨ ਕਰੋ, ਲਾਸਟ ਤਰੀਕ ਲਈ ਵੀ ਰੀਡ ਨੋਟੀਫਿਕੇਸ਼ਨ ਕਰ ਸਕਦੇ ਹੋ ਇਸ ਲਿੰਕ 'ਤੇ ਕਲਿੱਕ ਕਰਕੇ। ਉਸ ਤੋਂ ਇਲਾਵਾ ਵੀਡੀਓ ਲਿੰਕ 'ਤੇ ਕਲਿੱਕ ਕਰਕੇ ਵੀਡੀਓ ਵੀ ਦੇਖ ਸਕਦੇ ਹੋ। ਅੱਗੇ ਹੈ ਜੀ ਦੋਰਾਹਾ ਸਟੇਸ਼ਨ ਕੰਟੀਨ ਦੀ ਵਿੱਚ ਪੋਸਟਾਂ ਨੇ ਜੀ, ਕਲਰਕ ਦੀਆਂ, ਅਕਾਊਂਟੈਂਟ, MTS, ਹਾਊਸਕੀਪਿੰਗ, ਉਸ ਤੋਂ ਇਲਾਵਾ ਐਕਸਟਰਾ ਹੋਰ ਵੀ ਪੋਸਟਾਂ ਨੇ, ਟੋਟਲ 14 ਪੋਸਟਾਂ ਨੇ। ਲਾਸਟ ਤਰੀਕ ਹੈ ਜੀ 26/3/2020, ਲਿੰਕ 'ਤੇ ਕਲਿੱਕ ਕਰਕੇ ਪੂਰੀ ਵੈਬਸਾਈਟ 'ਤੇ ਵਿਜ਼ਿਟ ਕਰਕੇ ਤੁਸੀਂ ਪੂਰੀ ਡਿਟੇਲ ਦੇਖ ਸਕਦੇ ਹੋ। ਵੀਡੀਓ ਲਿੰਕ ਅਵੇਲੇਬਲ ਹੈ। ਅੱਗੇ ਹੈ ਜੀ ਪੰਜਾਬ ਸਟੇਟ ਸਿਵਲ ਐਵੀਏਸ਼ਨ ਕੌਂਸਲ PSCSC ਵਿੱਚ ਇੰਸਟਰਕਟਰ, ਸਟੋਰਕੀਪਰ, ਟੈਕਨੀਸ਼ੀਅਨ, ਕਲਰਕ ਦੀਆਂ ਪੋਸਟਾਂ, ਟੋਟਲ 4 ਪੋਸਟਾਂ ਜੀ। ਲਾਸਟ
ਸਟ੍ਰੀਕ ਦੇਖਣ ਲਈ ਤੁਸੀਂ ਨੋਟੀਫਿਕੇਸ਼ਨ ਦੇਖ ਸਕਦੇ ਹੋ। ਇਸ ਲਿੰਕ ਤੇ ਕਲਿੱਕ ਕਰਕੇ, ਵੀਡੀਓ ਤੇ ਕਲਿੱਕ ਕਰਕੇ ਪੂਰੀ ਵੀਡੀਓ ਵੀ ਦੇਖ ਸਕਦੇ ਹੋ। ਅੱਗੇ ਆ ਜੀ, KVS ਫਰੀਦਕੋਟ ਦੀਆਂ ਪੋਸਟਾਂ ਨੇ ਜੀ, ਟੀਚਿੰਗ ਨੋਨ ਟੀਚਿੰਗ ਪੋਸਟਾਂ ਨੇ, ਵੇਰੀਅਸ ਪੋਸਟਾਂ ਨੇ। ਲਾਸਟ ਤਰੀਕ ਹੈ ਜੀ 17/3/2020। ਲਿੰਕ ਤੇ ਕਲਿੱਕ ਕਰਕੇ ਪੂਰੀ ਡਿਟੇਲ ਦੇਖ ਸਕਦੇ ਹੋ, ਵੀਡੀਓ ਤੇ ਕਲਿੱਕ ਕਰਕੇ ਪੂਰੀ ਡਿਟੇਲ ਦੇਖ ਸਕਦੇ ਹੋ। ਅੱਗੇ ਜੀ, DMW ਪਟਿਆਲਾ ਰੇਲਵੇ ਵਿੱਚ ਪੋਸਟਾਂ ਨੇ ਜੀ, ਅਪ੍ਰੈਂਟਿਸ ਹੈ 182 ਟੋਟਲ ਪੋਸਟਾਂ ਨੇ। ITI ਬੇਸ 'ਤੇ ਪੋਸਟਾਂ ਨੇ, ਕਿਹੜੀ ਕਿਹੜੀ ITI ਮੰਗੀ ਗਈ ਹੈ, ਲਿੰਕ 'ਤੇ ਕਲਿੱਕ ਕਰਕੇ ਪੂਰੀ ਡਿਟੇਲ ਦੇਖ ਸਕਦੇ ਹੋ ਜੀ। 26/3/2020 ਲਾਸਟ ਤਰੀਕ ਹੈ। ਉਸ ਤੋਂ ਇਲਾਵਾ ਵੀਡੀਓ 'ਤੇ ਲਿੰਕ 'ਤੇ ਕਲਿੱਕ ਕਰਕੇ ਵੀ ਵੀਡੀਓ ਦੇਖ ਸਕਦੇ ਹੋ। ਅੱਗੇ ਆ ਜੀ, ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ, ਇਸ ਵਿੱਚ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਨੇ ਜੀ। ਪੋਸਟਾਂ ਦੇਖਣ ਲਈ ਫੁੱਲ ਨੋਟੀਫਿਕੇਸ਼ਨ ਰੀਡ ਕਰੋ ਜੀ, ਵੇਰੀਅਸ ਪੋਸਟਾਂ ਨੇ। ਲਾਸਟ ਤਰੀਕ ਹੈ ਜੀ 23/3/2020। ਲਿੰਕ 'ਤੇ ਕਲਿੱਕ ਕਰਕੇ ਪੂਰੀ ਡਿਟੇਲ ਵਿੱਚ ਦੇਖ ਸਕਦੇ ਹੋ ਜੀ, ਵੀਡੀਓ ਲਿੰਕ ਵੀ ਅਵੇਲੇਬਲ ਹੈ। ਅੱਗੇ ਆ ਜੀ, ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਪੋਸਟ ਮਾਸਟਰ ਕੈਡਰ ਦੀਆਂ ਪੋਸਟਾਂ ਨੇ ਜੀ, 182 ਪੋਸਟਾਂ ਨੇ। ਲਾਸਟ ਤਰੀਕ 18/3/2020 ਹੈ ਜੀ। ਪੂਰੀ ਡਿਟੇਲ ਲਿੰਕ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ ਤੁਸੀਂ। ਅੱਗੇ ਆ ਜੀ, ਪੰਜਾਬ ਗੌਰਮੈਂਟ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਵਿੱਚ 581 ਪੋਸਟਾਂ ਨੇ, ਸਟਾਫ ਨਰਸ, ਕਲਰਕ, ਟੈਕਨੀਸ਼ੀਅਨ ਐਕਸਟਰਾ। ਉਸ ਤੋਂ ਇਲਾਵਾ ਇਹ ਜੋ ਡਿਪਾਰਟਮੈਂਟ ਹੈ ਜੀ, ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਪੋਸਟਾਂ ਨੇ ਜੀ। ਟੋਟਲ 581 ਪੋਸਟਾਂ ਨੇ, 19/3/2020 ਇਹਨਾਂ ਪੋਸਟਾਂ ਦੀ ਲਾਸਟ ਤਰੀਕ ਹੈ ਜੀ। ਲਿੰਕ 'ਤੇ ਕਲਿੱਕ ਕਰਕੇ ਫੁੱਲ ਨੋਟੀਫਿਕੇਸ਼ਨ ਦੇਖ ਸਕਦੇ ਹੋ ਤੁਸੀਂ। ਅੱਗੇ ਆ ਜੀ, ਆਰਮੀ ਕਾਲਜ ਆਫ ਨਰਸਿੰਗ ਵਿੱਚ ਵੀ ਵੇਰੀਅਸ ਵਿਜ਼ਿਟਿੰਗ ਫੈਕਲਟੀ ਜੋਬਸ ਨੇ, ਵੇਰੀਅਸ ਪੋਸਟਾਂ ਨੇ। ਲਾਸਟ ਤਰੀਕ ਇੰਟਰਵਿਊ ਔਨ ਐਨੀ ਵਰਕਿੰਗ ਡੇ, ਤੁਸੀਂ ਐਨੀ ਵਰਕਿੰਗ ਡੇ 'ਤੇ ਇੰਟਰਵਿਊ ਦੇਣ ਜਾ ਸਕਦੇ ਹੋ ਜੀ। ਲਿੰਕ 'ਤੇ ਕਲਿੱਕ ਕਰਕੇ ਪੂਰੀ ਨੋਟੀਫਿਕੇਸ਼ਨ ਦੇਖ ਸਕਦੇ ਹੋ। ਅੱਗੇ ਆ ਜੀ, ਸਰਵੇ ਆਫ ਇੰਡੀਆ ਵਿੱਚ ਮੋਟਰ ਡਰਾਈਵਰ ਕਮ ਮਕੈਨਿਕ ਦੀਆਂ ਪੋਸਟਾਂ ਨੇ ਜੀ, 14 ਟੋਟਲ ਪੋਸਟਾਂ ਨੇ। ਲਾਸਟ ਡੇਟ 31/3/2020 ਹੈ ਜੀ। ਲਿੰਕ 'ਤੇ ਕਲਿੱਕ ਕਰਕੇ ਪੂਰੀ ਨੋਟੀਫਿਕੇਸ਼ਨ ਦੇਖ ਸਕਦੇ ਹੋ। ਅੱਗੇ ਆ ਜੀ, KV ਸਕੂਲ ਮੋਹਾਲੀ ਵਿੱਚ ਪੋਸਟਾਂ ਨੇ ਜੀ, ਟੀਚਿੰਗ ਨੋਨ ਟੀਚਿੰਗ ਪੋਸਟਾਂ ਨੇ। ਲਾਸਟ ਤਰੀਕ 23/3/2020 ਹੈ, ਵੇਰੀਅਸ ਪੋਸਟਾਂ ਨੇ। ਲਿੰਕ 'ਤੇ ਕਲਿੱਕ ਕਰਕੇ ਪੂਰੀ ਡਿਟੇਲ ਦੇਖ ਸਕਦੇ ਹੋ ਜੀ। ਇਹ ਸੀ ਜੀ ਜੋ ਨਵੀਆਂ ਭਰਤੀਆਂ ਪੰਜਾਬ ਦੀਆਂ, ਜਿਨ੍ਹਾਂ ਦੀ ਲਾਸਟ ਤਰੀਕ ਹਜੇ ਪਈ ਹੈ, ਲੰਘੀ ਨਹੀਂ ਹੈ। ਤੁਸੀਂ ਜਲਦੀ ਜਲਦੀ ਇਹ ਪੋਸਟਾਂ 'ਤੇ ਪੂਰੀ ਜਾਣਕਾਰੀ ਦੇਖ ਕੇ, ਵਿਜ਼ਿਟ ਕਰਕੇ ਸਾਡੀ ਵੈਬਸਾਈਟ 'ਤੇ ਪੂਰੀ ਜਾਣਕਾਰੀ ਦੇਖ ਸਕਦੇ ਹੋ ਅਤੇ ਫੋਰਮ ਭਰ ਸਕਦੇ ਹੋ ਜੀ। ਇਹਨਾਂ ਸਭ ਜੋ ਨੋਟੀਫਿਕੇਸ਼ਨ ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਇਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਿਆਂਗਾ। ਉਸ ਤੋਂ ਇਲਾਵਾ YouTube ਚੈਨਲ ਵਿੱਚ ਵੀ ਹਰੇਕ ਪੋਸਟ ਦੀ ਵੀਡੀਓ ਅਵੇਲੇਬਲ ਹੈ ਜੀ, ਤੁਸੀਂ ਵਿਜ਼ਿਟ ਕਰਕੇ ਦੇਖ ਸਕਦੇ ਹੋ। ਵੀਡੀਓ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ। ਧੰਨਵਾਦ।